ਅੱਜ ਅਸੀਂ ਜਿਹੜਾ ਗਲਿਆਰਾ ਪ੍ਰੋਜੈਕਟ ਹੈ ਉਹ ਅੱਜ ਸਾਰਾ ਰਿਵਿਊ ਕੀਤਾ ਤੇ ਉਹਦੇ ਵਿੱਚ ਫੋਰ ਐਗਜ਼ਾਮਪਲ ਕੁਝ ਦਿੱਕਤਾਂ ਹੈਗੀਆਂ ਇੱਥੇ ਮੇਨਟੇਨੈਂਸ ਦੀ ਕੁਝ ਜਿੱਦਾਂ ਕੁਝ ਸਾਨੂੰ ਦਿੱਕਤਾਂ ਨਜ਼ਰ ਆਈਆਂ ਨੇ ਉਹ ਅਸੀਂ ਹੁਣ ਇਹਦਾ ਟੈਂਡਰ ਫਲੋਟ ਕਰ ਰਹੇ ਹੈਗੇ ਹਾਂ ਤਾਂ ਜਲਦ ਹੀ ਇਸ ਚੀਜ਼ ਦਾ ਵੀ ਅਸੀਂ ਹੱਲ ਕਰਾਂਗੇ ਤੇ ਜੋ ਵੀ ਅਸੀਂ ਜਿੱਦਾਂ ਸ੍ਰੀ ਦਰਬਾਰ ਸਾਹਿਬ ਨੂੰ ਵੀ ਕੁਝ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਹੈ ਸਿਕਿਉਰਿਟੀ ਪੱਖੋਂ ਜਾਂ ਜਿਹੜੇ ਸੈਲਾਨੀ ਆਉਂਦੇ ਹੈ ਉਹਨਾਂ ਨੂੰ ਕੋਈ ਫੈਸਿਲਿਟੀਜ਼ ਦੇਣ ਪੱਖੋਂ ਉਹ ਵੀ ਅਸੀਂ ਨਾਲ ਇਹਦੇ ਵਿੱਚ ਜੋੜ ਰਹੇ ਹੈਗੇ ਹਾਂ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਫੈਸਟੀਵਲ ਸੀਜ਼ਨ ਵੀ ਆਉਣ ਵਾਲਾ ਹੈਗਾ ਸ਼ੁਰੂ ਹੀ ਹੋ ਗਿਆ ਇੱਕ ਤਰ੍ਹਾਂ ਤੇ ਗੁਰਪੁਰਬ ਵੀ ਆਉਣ ਵਾਲਾ ਹੈਗਾ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਕੰਮ ਜਿਹੜੇ ਨੇ ਐਕਸਪੀਡਾਈਟ ਕਰਾ ਰਹੇ ਹੈਗੇ ਸਪੈਸ਼ਲੀ ਕਲੈਨਲੀਨੈਸ ਤੇ ਮੇਨਟੇਨੈਂਸ ਦੇ ਜਿਹੜੇ ਕੰਮ ਨੇ ਉਹਦੇ ਤੇ ਅਸੀਂ ਫੋਕਸ ਗਲਿਆਰਾ ਵਾਲੇ ਵੱਲ ਕਰ ਲਾਂਗੇ ਤੇ ਨਾਲ ਹੀ ਜਿਹੜੀ ਇੱਕ ਕਾਰਪੋਰੇਸ਼ਨ ਇੱਥੇ ਤਿੰਨ ਏਜੰਸੀਜ਼ ਬੇਸਿਕਲੀ ਕੰਮ ਕਰ ਰਹੀਆਂ ਨੇ ਤੋ ਕਾਰਪੋਰੇਸ਼ਨ ਦਾ ਜਿਹੜਾ ਪਾਸਾ ਹੈਗਾ ਉੱਥੇ ਅੱਜ ਸ਼ਾਇਦ ਕਮਿਸ਼ਨਰ ਕਾਰਪੋਰੇਸ਼ਨ ਵੀ ਜੁਆਇਨ ਕਰ ਲੈਣਗੇ ਉਹਨਾਂ ਦੇ ਕੋਲੈਬੋਰੇਸ਼ਨ ਦੇ ਨਾਲ ਜਿਹੜੇ ਕੰਮ ਕੋਬਲ ਸਟਰੀਟ ਹੈਰੀਟੇਜ ਸਟਰੀਟ ਤੇ ਹੋਣ ਵਾਲੇ ਹੈਗੇ ਆ ਉਹਦੇ ਤੇ ਵੀ ਅਸੀਂ ਸ਼ੁਰੂਆਤ ਕਰ ਲਾਂਗੇ ਜਦੋਂ ਮੈਂ ਬਰਸਾਤ ਹੁੰਦੀ ਹੈ ਜਾਂ ਪਾਣੀ ਖੜਾ ਹੋ ਜਾਂਦਾ ਜੀ 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 ਸੜਕਾਂ ਵੀ ਖਰਾਬ ਹੋ ਜੀ 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 ਅਸੀਂ ਉਹ ਸਾਰੀਆਂ ਚੀਜ਼ਾਂ ਅੱਜ ਰਿਵਿਊ ਕੀਤੀਆਂ ਨੇ ਸੋ ਆਲ ਆਫ ਦੈਟ ਮੈਨੂੰ ਲੱਗਦਾ ਕਿ ਤੁਹਾਨੂੰ ਜਲਦ ਹੀ ਕੁਝ ਚੇਂਜਸ ਨਜ਼ਰ ਆ ਜਾਣਗੇ ਭਾਵੇਂ ਉਹ ਸੀਵਰੇਜ ਦਾ ਇਸ਼ੂ ਹੋਵੇ ਜਾਂ ਜਿਹੜਾ ਪਾਣੀ ਖੜ ਰਿਹਾ ਹੈਗਾ ਉਹਦਾ ਲੈਵਲ ਦਾ ਇਸ਼ੂ ਹੋਵੇ ਉਹ ਸਾਰਾ ਕੁਝ ਅਸੀਂ ਅੱਜ ਮੇਰੇ ਧਿਆਨ ਚ ਲਿਆਂਦਾ ਗਿਆ ਹੈਗਾ ਸੋ ਵੀ ਵਿਲ ਬੀ ਟੇਕਿੰਗ ਕੇਅਰ ਆਫ ਇਟ ਜੀ 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 ਬਿਲਕੁਲ ਅਸੀਂ ਉਹਨਾਂ ਦਾ ਵੀ ਫੀਡਬੈਕ ਲਿੱਤਾ ਹੈਗਾ ਇਨਫੈਕਟ ਉਹਨਾਂ ਦੇ ਜੋ ਵੀ ਕੋਈ ਕੰਸਰਨ ਸੀਗੇ ਅਸੀਂ ਉਹ ਵੀ ਐਡਰੈਸ ਕਰ ਰਹੇ ਹੈਗੇ ਅੱਛਾ ਜੀ ਸੋ ਜਿੱਦਾਂ ਲਾਈਟ ਦਾ ਤੇ ਜਿੱਦਾਂ ਮੈਂ ਦੱਸਿਆ ਸੀਗਾ ਸਿਕਿਉਰਿਟੀ ਪੱਖੋਂ ਅਸੀਂ ਉਹ ਸਾਰਾ ਕੁਝ ਆਪਣੇ ਰਿਵਿਊ ਦੇ ਵਿੱਚ ਅੱਜ ਕੀਤਾ ਹੈਗਾ ਐਂਡ ਸ਼ੋਰਟਲੀ ਤੁਹਾਨੂੰ ਨਜ਼ਰ ਵੀ ਆਉਣਗੀਆਂ ਚੇਂਜਸ ਜੋ ਵੀ ਮੇਨਟੇਨੈਂਸ ਕਰਨ ਵਾਲਾ ਹੈ ਹਾਰਟੀਕਲਚਰ ਦਾ ਕੰਮ ਹੈਗਾ ਲਾਈਟ ਦਾ ਕੰਮ ਹੈਗਾ ਪਬਲਿਕ ਹੈਲਥ ਦਾ ਕੰਮ ਹੈਗਾ ਵਾਸ਼ਰੂਮਸ ਵਗੈਰਾ ਲਈ ਉਹ ਸਾਰਾ ਤੁਹਾਨੂੰ ਜਲਦ ਹੀ ਨਜ਼ਰ ਆਏਗਾ ਕਿ ਹੋ ਰਿਹਾ ਹੈ ਐਂਡ ਸੈਕਿੰਡਲੀ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈਗੀ ਕਿ ਕੁਛ ਨਸ਼ੇਰੀਆਂ ਦੀ ਵੀ ਦਿੱਕਤ ਇੱਥੇ ਹੈਗੀ ਉਹ ਅਸੀਂ ਪੁਲਿਸ ਨਾਲ ਟੇਕ ਅਪ ਕਰ ਲਾਂਗੇ ਥੈਂਕ ਯੂ ਜਿੱਦਾਂ ਮੈਂ ਦੱਸਿਆ ਸੀਗਾ ਕਿ ਜਿਹੜੇ ਪੁਆਇੰਟਸ ਕਾਰਪੋਰੇਸ਼ਨ ਦੇ ਹੈਗੇ ਹੈ ਅੱਜ ਹੋਪਫੁਲੀ ਕਮਿਸ਼ਨਰ ਕਾਰਪੋਰੇਸ਼ਨ ਨੇ ਵੀ ਜੁਆਇਨ ਕਰ ਲੈਣਾ ਹੈਗਾ ਸੋ ਵੀ ਵਿਲ ਬੀ ਟੇਕਿੰਗ ਅਪ ਦੋਜ਼ ਇਸ਼ੂਜ਼ ਆਲਸੋ ਅਸੀਂ ਇੱਕ ਬਹੁਤ ਹੀ ਕੰਪ੍ਰੀਹੈਂਸਿਵ ਅੱਜ ਰਿਵਿਊ ਕੀਤਾ ਹੈ ਜਿੱਦਾਂ ਮੈਂ ਦੱਸਿਆ ਸੀਗਾ ਇੱਥੇ ਬਹੁਤ ਸਾਰੀਆਂ ਸਾਡੀ ਐਡਮਿਨਿਸਟ੍ਰੇਸ਼ਨ ਦੀ ਏਜੰਸੀਜ਼ ਕੰਮ ਕਰ ਰਹੀਆਂ ਨੇ ਸੋ ਉਹਨਾਂ ਦੇ ਜੋ ਵੀ ਕੋਲੈਬੋਰੇਸ਼ਨ ਉਹ ਜੋ ਵੀ ਚਾਹੀਦਾ ਹੈਗਾ ਉਹਦੇ ਲਈ ਹੀ ਮੈਂ ਅੱਜ ਮੀਟਿੰਗ ਕਾਲ ਕੀਤੀ ਸੀਗੀ ਸੋ ਇਹ ਸਾਰੇ ਪੁਆਇੰਟਸ ਉਹਦੇ ਵਿੱਚ ਕਵਰ ਹੋਣਗੇ ਜੀ ਜੀ ਸੋ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਡੀ ਇੱਕ ਵੀਸੀ ਵੀ ਹੋਈ ਸੀਗੀ ਐਸਸੀਸੀ ਸਰ ਦੇ ਨਾਲ ਤੇ ਜਿਹੜਾ ਕੋਡ ਆਫ ਕੰਡਕਟ ਹੈ ਲਾਅ ਐਂਡ ਆਰਡਰ ਪੱਖੋਂ ਅਸੀਂ ਅੱਜ ਆਪਣੇ ਲੈਵਲ ਤੇ ਵੀ ਅੱਜ ਰਿਵਿਊ ਕੀਤਾ ਹੈਗਾ ਤੇ ਸਾਡੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਸੋ ਜਿੱਦਾਂ ਵੀ ਸਾਨੂੰ ਇੰਸਟਰਕਸ਼ਨਸ ਆਉਂਦੀਆਂ ਨੇ ਅਸੀਂ ਉਹ ਚੀਜ਼ਾਂ ਲਾਗੂ ਕਰਨਾ ਅੱਜ ਅਸੀਂ ਜਿਹੜਾ ਗਲਿਆਰਾ ਪ੍ਰੋਜੈਕਟ ਹੈ ਉਹ ਅੱਜ ਸਾਰਾ ਰਿਵਿਊ ਕੀਤਾ ਤੇ ਉਹਦੇ ਵਿੱਚ ਫੋਰ ਐਗਜ਼ਾਮਪਲ ਕੁਝ ਦਿੱਕਤਾਂ ਹੈਗੀਆਂ ਇੱਥੇ ਮੇਨਟੇਨੈਂਸ ਦੀ ਕੁਝ ਜਿੱਦਾਂ ਕੁਝ ਸਾਨੂੰ ਦਿੱਕਤਾਂ ਨਜ਼ਰ ਆਈਆਂ ਨੇ ਉਹ ਅਸੀਂ ਹੁਣ ਇਹਦਾ ਟੈਂਡਰ ਫਲੋਟ ਕਰ ਰਹੇ ਹੈਗੇ ਹਾਂ ਤਾਂ ਜਲਦ ਹੀ ਇਸ ਚੀਜ਼ ਦਾ ਵੀ ਅਸੀਂ ਹੱਲ ਕਰਾਂਗੇ ਤੇ ਜੋ ਵੀ ਅਸੀਂ ਜਿੱਦਾਂ ਸ੍ਰੀ ਦਰਬਾਰ ਸਾਹਿਬ ਨੂੰ ਵੀ ਕੁਝ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਹੈ ਸਿਕਿਉਰਿਟੀ ਪੱਖੋਂ ਜਾਂ ਜਿਹੜੇ ਸੈਲਾਨੀ ਆਉਂਦੇ ਹੈ ਉਹਨਾਂ ਨੂੰ ਕੋਈ ਫੈਸਿਲਿਟੀਜ਼ ਦੇਣ ਪੱਖੋਂ ਉਹ ਵੀ ਅਸੀਂ ਨਾਲ ਇਹਦੇ ਵਿੱਚ ਜੋੜ ਰਹੇ ਹੈਗੇ ਹਾਂ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਫੈਸਟੀਵਲ ਸੀਜ਼ਨ ਵੀ ਆਉਣ ਵਾਲਾ ਹੈਗਾ ਸ਼ੁਰੂ ਹੀ ਹੋ ਗਿਆ ਇੱਕ ਤਰ੍ਹਾਂ ਤੇ ਗੁਰਪੁਰਬ ਵੀ ਆਉਣ ਵਾਲਾ ਹੈਗਾ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਕੰਮ ਜਿਹੜੇ ਨੇ ਐਕਸਪੀਡਾਈਟ ਕਰਾ ਰਹੇ ਹੈਗੇ ਸਪੈਸ਼ਲੀ ਕਲੈਨਲੀਨੈਸ ਤੇ ਮੇਨਟੇਨੈਂਸ ਦੇ ਜਿਹੜੇ ਕੰਮ ਨੇ ਉਹਦੇ ਤੇ ਅਸੀਂ ਫੋਕਸ ਗਲਿਆਰਾ ਵਾਲੇ ਵੱਲ ਕਰ ਲਾਂਗੇ ਤੇ ਨਾਲ ਹੀ ਜਿਹੜੀ ਇੱਕ ਕਾਰਪੋਰੇਸ਼ਨ ਇੱਥੇ ਤਿੰਨ ਏਜੰਸੀਜ਼ ਬੇਸਿਕਲੀ ਕੰਮ ਕਰ ਰਹੀਆਂ ਨੇ ਸੋ ਕਾਰਪੋਰੇਸ਼ਨ ਦਾ ਜਿਹੜਾ ਪਾਸਾ ਹੈਗਾ ਉੱਥੇ ਅੱਜ ਸ਼ਾਇਦ ਕਮਿਸ਼ਨਰ ਕਾਰਪੋਰੇਸ਼ਨ ਵੀ ਜੁਆਇਨ ਕਰ ਲੈਣਗੇ ਉਹਨਾਂ ਦੇ ਕੋਲੈਬੋਰੇਸ਼ਨ ਦੇ ਨਾਲ ਜਿਹੜੇ ਕੰਮ
ਕੋਬਲ ਸਟਰੀਟ ਹੈਰੀਟੇਜ ਸਟਰੀਟ ਤੇ ਹੋਣ ਵਾਲੇ ਹੈਗੇ ਆ, ਉਹਦੇ ਤੇ ਵੀ ਅਸੀਂ ਸ਼ੁਰੂਆਤ ਕਰ ਲਾਂਗੇ। ਜੋ ਮੈਂ ਬਰਸਾਤ ਹੁੰਦੀ ਹੈ ਜਾਂ ਪਾਣੀ ਖੜਾ ਹੋ ਜਾਂਦਾ ਜੀ 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 ਕਵੀ ਖਰਾਬ ਹੋ ਜੀ 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 ਅਸੀਂ ਉਹ ਸਾਰੀਆਂ ਚੀਜ਼ਾਂ ਅੱਜ ਰਿਵਿਊ ਕੀਤੀਆਂ ਨੇ। ਸੋ ਆਲ ਆਫ ਦੈਟ ਮੈਨੂੰ ਲੱਗਦਾ ਕਿ ਤੁਹਾਨੂੰ ਜਲਦੀ ਕੁਝ ਚੇਂਜਸ ਨਜ਼ਰ ਆ ਜਾਣਗੇ, ਭਾਵੇਂ ਉਹ ਸੀਵਰੇਜ ਦਾ ਇਸ਼ੂ ਹੋਵੇ ਜਾਂ ਜਿਹੜਾ ਪਾਣੀ ਖੜ ਰਿਹਾ ਹੈਗਾ ਉਹਦਾ ਲੈਵਲ ਦਾ ਇਸ਼ੂ ਹੋਵੇ, ਉਹ ਸਾਰਾ ਕੁਝ ਅਸੀਂ ਅੱਜ ਮੇਰੇ ਧਿਆਨ ਚ ਲਿਆਂਦਾ ਗਿਆ ਹੈਗਾ। ਸੋ ਵੀ ਵਿਲ ਬੀ ਟੇਕਿੰਗ ਕੇਅਰ ਆਫ ਇਟ। ਜੀ 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 ਬਿਲਕੁਲ, ਅਸੀਂ ਉਹਨਾਂ ਦਾ ਵੀ ਫੀਡਬੈਕ ਲਿੱਤਾ ਹੈਗਾ, ਇਨਫੈਕਟ ਉਹਨਾਂ ਦੇ ਜੋ ਵੀ ਕੋਈ ਕੰਸਰਨ ਸੀਗੇ ਅਸੀਂ ਉਹ ਵੀ ਐਡਰੈਸ ਕਰ ਰਹੇ ਹੈਗੇ। ਅੱਛਾ ਜੀ, ਸੋ ਜਿੱਦਾਂ ਲਾਈਟ ਦਾ ਤੇ ਜਿੱਦਾਂ ਮੈਂ ਦੱਸਿਆ ਸੀਗਾ ਸਿਕਿਉਰਿਟੀ ਪੱਖੋਂ, ਅਸੀਂ ਉਹ ਸਾਰਾ ਕੁਛ ਆਪਣੇ ਰਿਵਿਊ ਦੇ ਵਿੱਚ ਅੱਜ ਕੀਤਾ ਹੈਗਾ, ਐਂਡ ਸ਼ੋਰਟਲੀ ਤੁਹਾਨੂੰ ਨਜ਼ਰ ਵੀ ਆਉਣਗੀਆਂ ਚੇਂਜਸ। ਜੋ ਵੀ ਮੇਨਟੇਨੈਂਸ ਕਰਨ ਵਾਲਾ ਹੈ, ਹਾਰਟੀਕਲਚਰ ਦਾ ਕੰਮ ਹੈਗਾ, ਲਾਈਟ ਦਾ ਕੰਮ ਹੈਗਾ, ਪਬਲਿਕ ਹੈਲਥ ਦਾ ਕੰਮ ਹੈਗਾ, ਵਾਸ਼ਰੂਮਸ ਵਗੈਰਾ ਲਈ, ਉਹ ਸਾਰਾ ਤੁਹਾਨੂੰ ਜਲਦੀ ਨਜ਼ਰ ਆਏਗਾ ਕਿ ਹੋ ਰਿਹਾ ਹੈ। ਐਂਡ ਸੈਕਿੰਡਲੀ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈਗੀ ਕਿ ਕੁਛ ਨਸ਼ੇਰੀਆਂ ਦੀ ਵੀ ਦਿੱਕਤ ਇੱਥੇ ਹੈਗੀ, ਉਹ ਅਸੀਂ ਪੁਲਿਸ ਨਾਲ ਟੇਕ ਅਪ ਕਰ ਲਾਂਗੇ। ਥੈਂਕ ਯੂ। ਹਰਿਮੰਦਰ ਸਾਹਿਬ ਦੇ ਆਸ ਪਾਸ ਵੱਡੀ ਗਿਣਤੀ ਦੇ ਵਿੱਚ ਜੈਨ ਸਾਰੀ ਫਸਲਾਂ ਵੀ ਕੀਤੀ ਜਾਂਦੀ ਹੈ, ਕਿਤੇ ਨਾ ਕਿਤੇ। ਸੋ ਜਿੱਦਾਂ ਮੈਂ ਦੱਸਿਆ ਸੀਗਾ ਕਿ ਜਿਹੜੇ ਪੁਆਇੰਟਸ ਕਾਰਪੋਰੇਸ਼ਨ ਦੇ ਹੈਗੇ ਹੈ, ਅੱਜ ਹੋਪਫੁਲੀ ਕਮਿਸ਼ਨਰ ਕਾਰਪੋਰੇਸ਼ਨ ਨੇ ਵੀ ਜੁਆਇਨ ਕਰ ਲੈਣਾ ਹੈਗਾ। ਸੋ ਵੀ ਵਿਲ ਬੀ ਟੇਕਿੰਗ ਅਪ ਦੋਜ਼ ਇਸ਼ੂਜ਼ ਆਲਸੋ। ਅਸੀਂ ਇੱਕ ਬਹੁਤ ਹੀ ਕੰਪ੍ਰੀਹੈਂਸਿਵ ਅੱਜ ਰਿਵਿਊ ਕੀਤਾ ਹੈ। ਜਿੱਦਾਂ ਮੈਂ ਦੱਸਿਆ ਸੀਗਾ ਇੱਥੇ ਬਹੁਤ ਸਾਰੀਆਂ ਸਾਡੀ ਐਡਮਿਨਿਸਟ੍ਰੇਸ਼ਨ ਦੀ ਏਜੰਸੀਜ਼ ਕੰਮ ਕਰ ਰਹੀਆਂ ਨੇ, ਸੋ ਉਹਨਾਂ ਦੇ ਜੋ ਵੀ ਕੋਲੈਬੋਰੇਸ਼ਨ ਉਹ ਜੋ ਵੀ ਚਾਹੀਦਾ ਹੈਗਾ ਉਹਦੇ ਲਈ ਹੀ ਮੈਂ ਅੱਜ ਮੀਟਿੰਗ ਕਾਲ ਕੀਤੀ ਸੀਗੀ। ਸੋ ਇਹ ਸਾਰੇ ਪੁਆਇੰਟਸ ਉਹਦੇ ਵਿੱਚ ਕਵਰ ਹੋਣਗੇ ਜੀ। ਜੀ, ਸੋ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਡੀ ਇੱਕ ਵੀਸੀ ਵੀ ਹੋਈ ਸੀਗੀ ਐਸਸੀਸੀ ਸਰ ਦੇ ਨਾਲ, ਤੇ ਜਿਹੜਾ ਕੋਡ ਆਫ ਕੰਡਕਟ ਹੈ ਲਾਅ ਐਂਡ ਆਰਡਰ ਪੱਖੋਂ ਅਸੀਂ ਅੱਜ ਆਪਣੇ ਲੈਵਲ ਤੇ ਵੀ ਅੱਜ ਰਿਵਿਊ ਕੀਤਾ ਹੈਗਾ, ਤੇ ਸਾਡੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਸੋ ਜਿੱਦਾਂ ਵੀ ਸਾਨੂੰ ਇੰਸਟਰਕਸ਼ਨਸ ਆਉਂਦੀਆਂ ਨੇ ਅਸੀਂ ਉਹ ਚੀਜ਼ਾਂ ਲਾਗੂ ਕਰਦਾਂਗੇ।